ਮੇਰੀ ਇੱਕ ਗੱਲ ਸੁਣ ਮਿੱਤਰਾ, ਮੈਂ ਪਾਰਟੀਆਂ ਤੋਂ ਉੱਤੇ ਉੱਠ ਕੇ ਪੰਜਾਬ ਵੱਲ ਆ, ਮੈਂ ਹਰ ਚੀਜ਼ ਤੋਂ ਉੱਤੇ ਉੱਠ ਕੇ ਅੰਮ੍ਰਿਤਸਰ ਵੱਲ ਆ। ਪਦ ਤਿਆਗੇ ਆ, ਮੰਤਰੀ ਪਦ ਛੱਡੇ ਆ, ਲੇਕਿਨ ਗੁਰੂ ਘਰ ਆਦਿ ਅਨੰਤ ਮੇਰਾ ਸਭ ਕੁਛ ਹੈ। ਇਹ ਅੱਜ ਦੀ ਜਿਹੜੀ ਗੱਲ ਹੈ, ਆਪਾਂ ਇਲੈਕਸ਼ਨ ਦੀ ਗੱਲ ਕਰੀਏ, ਦੇਖੋ ਇਹ ਅਕਾਲੀ ਭਾਜਪਾ ਜਿਹੜੀ ਹੈ ਨਾ, ਇਹ ਹੁਣ ਰੋਂਡੀ ਤੇ ਉਤਰਿਆ ਹੈ। ਰੋਂਡੀ ਦੇਖੇ, ਰੋਂਡੀ ਬੱਚੇ, ਮੈਂ ਨਹੀਂ ਖੇਡਣਾ, ਇਹ ਉਹਦੇ ਤੇ ਉਤਰਿਆ ਆ। ਵੇਖੋ 78 ਸੀਟਾਂ ਕਾਂਗਰਸ ਜਿੱਤੀ, ਉਹ ਕਿਸੇ ਨੂੰ ਮਾਰ ਕੁੱਟ ਕੇ ਜਿੱਤੀ, 2 ਲੱਖ ਦੇ ਉੱਤੇ ਜਿਮਣੀ ਚੋਣ ਜਿੱਤੀ। ਆ ਮਾਝੇ ਦਾ ਜਰਨੈਲ ਜਿਵੇਂ ਬਿੱਲਾ ਛੱਪੜੀ ਚੋਂ ਨਹਾ ਕੇ ਨਿਕਲਿਆ ਆਉਂਦਾ, ਭੱਜਿਆ ਪੂਛ ਥੱਲੇ ਲੈ ਕੇ, ਉਦੋਂ ਕੋਈ ਮਾਰ ਕੁੱਟ ਹੋਈ ਕੋਈ ਕਿਸੇ ਤਰੀਕੇ ਨਾਲ, ਉਹ ਕਿਸੇ ਤਰੀਕੇ ਦੇ ਨਾਲ ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਹੁਣ ਇਹ ਤੀਜੀ ਚੀਜ਼ ਦੇ ਉੱਤੇ ਪਾਈ, ਤੀਸਰੀ ਚੀਜ਼ ਦੇ ਉੱਤੇ ਹੁਣ ਇਹਨਾਂ ਨੂੰ ਪਤਾ ਵੀ ਹਾਰੇ ਹੋਏ ਆ, ਇਹਨਾਂ ਨੂੰ ਪਤਾ ਵੀ ਲੋਕਾਂ ਨੇ ਕੜੀ ਜੋੜਨੀ ਹੈ, ਗਰਾਰੀ ਦੇ ਵਿੱਚ ਚੇਨ ਜੋੜਨੀ ਹੈ, ਉੱਪਰ ਕੈਪਟਨ ਅਮਰਿੰਦਰ ਸਿੰਘ, ਉਹਦੇ ਥੱਲੇ ਮੰਤਰੀ ਤੇ MLA ਔਰ ਨਾਲ ਕਾਉਂਸਲਰਾਂ ਨੂੰ ਲਿਆ ਕੇ ਮੁਕੰਮਲ ਕਰਨਗੇ ਚੇਨ ਪੂਰੀ। ਲੋਕ ਬੇਵਕੂਫ ਥੋੜਾ ਨਾ, ਉਹਨਾਂ ਨੂੰ ਪਤਾ ਵੀ ਭਾਈ ਜੇ ਸਰਕਾਰ ਦਾ ਕਾਉਂਸਲਰ ਹੋਊਗਾ ਤੇ ਵਿਕਾਸ 10 ਗੁਣਾ ਜ਼ਿਆਦਾ ਕਰਾ ਸਕੂਗਾ। ਹੁਣ ਇਹਦੇ 'ਚ ਕੋਈ ਲੋਕ ਸਿਆਣੇ ਨੇ, ਇਹਨਾਂ ਵਰਗੇ ਨਿਆਣੇ ਥੋੜਾ ਨੇ। ਅੱਜ ਨਾਮ ਹੈ ਉਹਦਾ ਰਟੌਲ, ਜੋਸ਼ੀ ਉਹਨੂੰ ਤਰਨ ਤਰਨ ਤੋਂ ਲੈ ਕੇ ਆਇਆ ਸੀ, ਅੱਜ ਉਹਦੀ ਗੱਡੀ ਇੰਪਾਊਂਡ ਹੋਈ ਹੈ। ਜਾਓ ਦੇਖੋ, ਪੈਸੇ ਵੰਡਣ ਡਿਆ ਸੀ ਉੱਥੇ, ਉਹਦੇ ਤੇ ਸ਼ਸਤਰਾਂ ਦੀ ਧਾਰਾ ਲੱਗੀ ਹੈ, ਆਰਮਸ ਐਕਟ ਲੱਗਿਆ। ਕਿਹਦਾ ਬੰਦਾ ਉਹ ਹੈ? ਸਾਈਆਂ ਕਿਤੇ ਤੇ ਵਧਾਈਆਂ ਕਿਤੇ, ਕਰੇ ਕੋਈ ਤੇ ਭਰੇ ਕੋਈ। ਇਹ ਰੋਂਡੀ ਬੱਚੇ ਹੈ, ਇਹ ਰੋਤੜੂ ਬੱਚੇ ਹੈ, ਆਪ ਕੁਛ ਹੋਇਆ ਨਹੀਂ। ਇਹ 3-3 ਵਾਰ ਸੜਕਾਂ ਬਣਾਈਆਂ, ਟਾਈਲ ਮੰਤਰੀ ਕਹਾਏ, ਪਿੱਪਲ ਵੱਢਦੇ, ਹੈ ਆਪਣੇ ਪਰਿਵਾਰ ਦਾ ਵਿਕਾਸ ਕੀਤਾ, ਤੇ ਹੁਣ ਜਦੋਂ ਸਾਡੀ ਵਾਰੀ ਆਈ ਹੈ, ਰੰਗ 'ਚ ਭੰਗ ਪਾਉਂਦੇ ਆ, ਕੜੀ 'ਚ ਕੋਲਾ ਪਾਉਂਦੇ ਆ, ਇਹਨਾਂ ਦੇ ਪੱਲੇ ਕੀ ਹੈ? ਮੈਨੂੰ ਐਂ ਦੱਸੋ, ਹੁਣ ਸੁਣੋ, ਅੱਜ ਮੈਂ ਸੁਣ ਲੈ, ਅੱਜ ਕੈਪਟਨ ਸਾਹਿਬ ਇੱਕ ਹੋਰ ਇਤਿਹਾਸ ਰਚਣਗੇ। ਇਹ ਪਹਿਲੀ ਵਾਰ ਹੋਊਗਾ ਕਿ ਉਹਨਾਂ ਨੇ ਬੋਲਿੰਗ ਕਰਕੇ, ਵੈਸੇ ਤਾਂ ਕਹਿੰਦੇ ਨੇ ਸਿੱਧੂ ਸਾਹਿਬ ਬੈਟਿੰਗ ਕਰਦੇ ਹੋ ਜੀ ਛਿੱਕੇ ਮਾਰਦੇ ਹੋ, ਇਹ ਕੈਪਟਨ ਸਾਹਿਬ ਨੇ ਬੋਲਿੰਗ ਕਰਕੇ ਅੱਜ ਹੈਟ੍ਰਿਕ ਮਾਰਨੀ ਹੈ। ਹੈਟ੍ਰਿਕ ਦਾ ਮਤਲਬ ਸਮਝਦੇ ਹੋ ਵੀ 3 ਵਿਕਟਾਂ ਇਕੱਠੀਆਂ ਡਾਊਨ, ਪਹਿਲੀ 78 ਸੀਟਾਂ, ਦੂਜੀ ਜਿਮਨੀ ਚੋਣ, 2 ਲੱਖ ਵੋਟਾਂ ਦੇ ਉੱਤੇ ਜਾਖੜ ਸਾਹਿਬ ਸਥਾਪਿਤ, ਹੁਣ ਤੀਜੀ ਕੈਪਟਨ ਸਾਹਿਬ ਦੀ ਜਿਹੜੀ ਗੁਗਲੀ ਹੈ, ਇਹਦੇ ਨਾਲ ਹੈਟ੍ਰਿਕ ਵੱਜਣੀ ਹੈ ਔਰ ਸਾਡੀ ਚੇਨ ਕੰਪਲੀਟ ਹੋ ਜਾਣੀ ਹੈ। ਔਰ ਕੈਪਟਨ ਸਾਹਿਬ ਵੱਲੋਂ ਇਹ ਸਾਡੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਜੀ ਨੂੰ ਜੀਤ ਨਾਲ, ਜਿੱਤ ਨਾਲ ਸੁਸੱਜਿਤ ਕਰਾਂਗੇ ਅਸੀਂ, ਉਹਨਾਂ ਨੂੰ ਇੱਕ ਗਿਫਟ ਭੇਜਾਂਗੇ। ਅੱਜ ਸਾਡੇ 2 ਗਨਮੈਨ ਅੱਜ ਇੱਕ ਪਾਰਸ਼ਦ ਵਾਸਤੇ ਗਏ ਆ, ਜਿਹੜਾ ਤੁਹਾਡੇ 2 ਗਨਮੈਨ ਇੱਕ ਪਾਰਸ਼ਦ ਵਾਸਤੇ ਗਏ ਆ, ਸ਼ੈਲੀ ਪਾਰਸ਼ਦ ਆ ਉਹਦੇ ਵਾਸਤੇ ਗਏ ਆ। ਮੇਰੀ ਇੱਕ ਗੱਲ ਨੂੰ ਸੁਣ ਲਓ, ਆ ਸਾਰੇ ਫਿਰੀ ਜਾਂਦੇ ਆ, ਜਿਹਨੂੰ ਜਿਸ ਸਿਕਿਉਰਿਟੀ ਦੀ ਲੋੜ ਆ ਉਹ ਲਈ ਫਿਰਦਾ ਆਪਦੇ ਗੱਲ, ਮੇਰੇ ਨਾਲ ਵੀ ਤੇ ਗਨਮੈਨ ਨੇ, ਇਹਦਾ ਮਤਲਬ ਮੇਰੇ ਗਨਮੈਨ ਕਿਸੇ ਦੇ ਲੱਠ ਮਾਰਦੇ ਆ? ਉਹ ਭਾਈ ਜਿਹੜੇ ਵੋਟ ਪਾ ਰਹੇ ਆ, ਪੀਸਫੁਲ ਵੋਟਿੰਗ ਹੋ ਰਹੀ ਹੈ ਸਾਰੇ ਪਾਸੋਂ, ਪੀਸਫੁਲ ਵੋਟਿੰਗ ਹੋ ਰਹੀ ਹੈ। ਸਿੰਧ ਹੋ ਗਿਆ, ਰਾਹੁਲ ਗਾਂਧੀ ਪ੍ਰਧਾਨ ਬਣ ਗਏ, ਵਰਸਸ ਰਾਹੁਲ ਵਰਸਸ ਮੋਦੀ ਸਾਹਿਬ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹਦੇ 'ਚ ਮੈਂ ਨਹੀਂ ਦੇਖਣਾ, ਇਹ 'ਚ ਲੋਕਾਂ ਨੇ ਦੇਖਣਾ, ਔਰ ਲੋਕ ਦੇਖ ਰਹੇ ਆ, ਲੋਕ ਪਿਆਰ ਦੇ ਰਹੇ ਆ, ਔਰ ਲੋਕ ਰਾਹੁਲ ਗਾਂਧੀ ਨੂੰ ਅ ਲੀਡਰ ਇਨ ਦੀ ਅਸੈਂਡੈਂਸੀ ਮੰਨ ਰਿਹਾ, ਚੜ੍ਹਤ 'ਚ ਜਿਹਦੀਆਂ ਪਾਵਰ ਸਪੀਕ ਕਰ ਰਹੀਆਂ, ਜਿਹੜਾ ਪਿਆਰ ਹਰ ਰੋਜ਼ ਵੱਧ ਰਿਹਾ ਹੈ। ਔਰ ਅੱਜ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਦਾਵੇਦਾਰ ਬਣਨ ਵਾਲੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਵਾਸਤੇ। ਸਿੱਧੂ ਸਾਹਿਬ, ਕੀ ਵੋਟਰ ਸੁਨਿਸ਼ਚਿਤ ਹੋ ਜਾਵੇਗਾ ਅੱਜ ਤੋਂ ਬਾਅਦ ਕਿ ਪੰਜਾਬ 'ਚ ਵਿਕਾਸ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਵੇਗਾ? ਇੱਕ ਗੱਲ ਨੂੰ ਸੁਣੋ, ਇਹਨਾਂ ਦੇ ਕਾਉਂਸਲਰ ਇਹਨਾਂ ਦੇ ਸੀ, ਮੇਅਰ ਇਹਨਾਂ ਦਾ ਸੀ, ਉਹਨਾਂ ਨੇ 10 ਸਾਲ ਕੀ ਕੀਤਾ? ਇਸੇ ਕਰਕੇ ਲੋਕਾਂ ਨੇ 78 ਵੋਟਾਂ ਸਾਨੂੰ ਜਿਤਾਈਆਂ 78 ਸੀਟਾਂ ਨਾਲ। ਉਹਨਾਂ ਨੇ ਕੀ ਕੀਤਾ? ਇਸੇ ਕਰਕੇ 2 ਲੱਖ ਦੇ ਉੱਤੇ ਅਸੀਂ ਜਿੱਤੇ ਹਾਂ। ਉਹਨਾਂ ਨੂੰ ਪੈਸੇ ਦਿੰਦੇ ਜਿਹੜੇ 13 ਲੱਖ ਦੇ ਵਿੱਚ 26 ਲੱਖ ਦਾ ਟਿਊਬਵੈਲ ਬਣਾਉਂਦੇ ਸੀਗੇ, ਉਹਨਾਂ ਨੂੰ ਪੈਸੇ ਦਿੰਦੇ ਜਿਹੜੇ 1 ਸੜਕ ਨੂੰ 3-3 ਵਾਰ ਬਣਾਉਂਦੇ ਸੀ, ਉਹਨਾਂ ਨੂੰ ਦਿੰਦੇ ਜਿਹਨਾਂ ਪਿੱਪਲ ਵੱਢ ਕੇ 3-3 ਵਾਰ ਟਾਈਲਾਂ ਲਾ ਕੇ ਟਾਈਲ ਮੰਤਰੀ ਕਹਾਏ, ਆਪਣੇ ਪਰਿਵਾਰਾਂ ਦਾ ਵਿਕਾਸ ਕੀਤਾ, ਉਹਨਾਂ ਨੂੰ ਦਿੰਦੇ ਪੈਸੇ, ਫੁਰ ਕਰ ਦਿੰਦੇ ਉਹ ਫੁਰ। ਇਹੋ ਜਿਹੇ ਲੁਟੇਰੇ ਇਕੱਠੇ ਹੋਏ ਆ, ਲੁੱਟਣ ਤੇ ਕੁੱਟਣ ਤੋਂ ਇਹਨਾਂ ਨੂੰ ਕੰਮ ਨਹੀਂ। ਹੁਣ ਪੈਸੇ ਅਸੀਂ ਆਪਣੇ ਮੇਅਰਾਂ ਨੂੰ ਦੇਵਾਂਗੇ, ਲੋਕ ਸਿਆਣੇ ਆ, ਆਪਣੇ ਕਾਉਂਸਲਰਾਂ ਨੂੰ ਦੇਵਾਂਗੇ। ਸਾਡਾ ਟਾਈਮ ਹੁਣ ਸ਼ੁਰੂ ਹੁੰਦਾ, ਇਹਨਾਂ ਦਾ 10 ਸਾਲ ਦਾ ਕਾਰਜਕਾਲ ਔਰ ਸਾਡਾ 1 ਸਾਲ ਦਾ ਤੋਲ ਲੈਣਾ, ਤੁਸੀਂ 6 ਮਹੀਨੇ ਤੋਲ ਲੈ, ਚੰਪਾ ਕੇ 10 ਫੂਲ ਚਮੇਲੀ ਕੀ 1 ਕਲੀ ਮੂਰਖ ਕੀ ਸਾਰੀ ਰਾਤ ਚਤੁਰ ਕੀ 1 ਘੜੀ, ਕੰਪੇਅਰ ਕਰ ਲੈਣਾ ਤੁਸੀਂ। ਔਰ ਅੱਜ ਇਹ ਗੱਲਾਂ ਕਰਦੇ ਆ, ਕਿਹੜੇ ਮੂੰਹ ਨਾਲ ਗੱਲ ਕਰਦੇ ਆ? ਪਿਛਲਾ ਇਲੈਕਸ਼ਨ ਜਿਹੜਾ ਹੋਇਆ ਸੀ ਕਾਰਪੋਰੇਸ਼ਨ ਦਾ, ਤੁਸੀਂ ਸਾਰੇ ਗਵਾਹ ਹੋ, ਤੁਸੀਂ ਸਾਰਿਆਂ ਨੇ ਦੇਖਿਆ, ਉਹ ਇਲੈਕਸ਼ਨ ਸੀ, ਉਹ ਤੇ ਪੁਲਿਸ ਐਕਸ਼ਨ ਸੀ, ਦੈਟ ਵਾਸ ਨਾਟ ਐਨ ਇਲੈਕਸ਼ਨ, ਉਹ ਪੁਲਿਸ ਐਕਸ਼ਨ ਸੀ। ਇਲੈਕਸ਼ਨ ਤੇ ਅਸੀਂ ਕਰਾ ਰਹੇ ਹਾਂ, ਅਸੀਂ ਕਰਾ ਰਹੇ ਹਾਂ ਇਲੈਕਸ਼ਨ, ਅੱਜ ਦੇਖ ਲਓ ਵੋਟਾਂ ਪੈ ਰਹੀਆਂ,
ਕੋਈ ਤੁਹਾਨੂੰ ਹੜਕੰਪ ਲੱਗ ਰਿਹਾ, ਕੋਈ ਤੁਹਾਨੂੰ ਦਬਾਅ ਲੱਗ ਰਿਹਾ, ਕੋਈ ਕਿਸੇ ਕਿਸਮ ਦਾ ਉਹ ਆ ਰਿਹਾ। ਇਹ ਅਸੀਂ ਕਰਾ ਰਹੇ ਹਾਂ ਇਲੈਕਸ਼ਨ, ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰ ਰਹੇ ਹਾਂ ਅਸੀਂ। ਇਹ ਤੇ ਬਸ ਪਤਲੀ ਗਲੀ ਚੋਂ ਨਿਕਲਣਾ ਚਾਹੁੰਦੇ ਆ, ਕਹਿੰਦੇ ਲੋਕਤੰਤਰ ਦੀ ਹੱਤਿਆ ਕਰਤੀ ਬੀਜੇਪੀ ਨੇ। ਆਹੋ ਤਾਂ ਹੀ ਲੋਕਤੰਤਰ ਦੀ ਹੱਤਿਆ ਕਰਤੀ। ਤੇ ਉਹਨੂੰ ਪੁੱਛ 78 ਸੀਟਾਂ ਜਦੋਂ ਜਿੱਤੇ ਸੀ ਉਦੋਂ ਕਿਹਦੀ ਹੱਤਿਆ ਹੋਈ ਸੀ? ਹੈ ਅੱਜ 2 ਸੀਟਾਂ, ਉਦੋਂ ਤਾਂ ਨਵਜੋਤ ਸਿੱਧੂ ਨਾਲ ਹੁੰਦਾ ਸੀਗਾ, ਆਹ 2 ਇਲੈਕਸ਼ਨਾਂ ਦੇ ਵਿੱਚ ਵੀ ਨਵਜੋਤ ਸਿੱਧੂ ਨਾਲ ਹੁੰਦਾ ਸੀ, ਹੁਣ ਨਾਲ ਨੀਗਾ, 2 ਸੀਟਾਂ ਨੇ। ਹੈ ਲੰਡੂ ਬਣੇ ਖੜਦੇ ਆ, ਹੈ ਪੱਲੇ ਕੱਖ ਵੀ ਨੀ, ਪੱਲੇ ਨਾ ਤੇਲ ਨਾ ਕੜਾਈ, ਬਣਾਉਣ ਚੱਲੇ ਮਿਠਾਈ, ਦਰਵਾਜ਼ੇ ਤਖਤੀ ਨੀ ਨਾਮ ਤਖਤ ਸਿੰਘ, ਤੁਰੰਤ ਦੀ ਤਾਕਤ ਨੀ ਨਾਮ ਮਜ਼ਬੂਤ ਖਾਂ, ਹੱਥ ਪਿੱਛੇ ਸਾਡਾ ਹੱਥ ਇਤਿਹਾਸ।